ਤੁਹਾਨੂੰ ਕੀ ਹੋਇਆ, ਕਿਉਂ ਤੁਹਾਡੇ ਨਾਲ ਕੁੱਟਮਾਰ ਹੋਈ, ਕੀ ਮਸਲਾ ਕੀ ਹੈ? ਭਾਅ ਜੀ, ਅਸੀਂ ਨਾ ਜਿੱਦਾਂ ਪਿੰਡ ਭੜਪੂੜਾ ਦੇ ਨਾ ਸਾਨੂੰ ਇੱਕ ਕੌਲ ਆ ਰਹੀ ਸੀ ਕਿ ਸਾਡੇ ਨਾਲ ਨਾ ਪਿੰਡ ਦੇ ਸਰਪੰਚ ਜਿਹੜੇ ਹੈਗੇ ਆ ਸਰਬਜੀਤ ਸਿੰਘ, ਉਹਨਾਂ ਵੱਲੋਂ ਅਤੇ ਉਹਨਾਂ ਦੇ ਕੁਛ ਬੰਦਿਆਂ ਵੱਲੋਂ ਸਾਡੇ ਨਾਲ ਧੱਕਾ ਕੀਤਾ ਗਿਆ ਪਿੰਡ ਦੇ ਪਾਣੀ ਨੂੰ ਲੈ ਕੇ, ਕਿਉਂਕਿ ਪਹਿਲਾਂ ਵੀ ਕਹਿੰਦੇ ਸਾਡੇ ਜਿਹੜਾ ਪਾਣੀ ਇੱਥੇ ਪੈਂਦਾ ਸੀ 70-75 ਸਾਲ ਤੋਂ, ਅਤੇ ਉਹਨਾਂ ਨੇ ਕਿਹਾ ਕਿ ਸਾਡੀ ਲੇਡੀਜ਼ ਨਾਲ ਇਹਨਾਂ ਨੇ ਦੋਨਾਂ ਨੇ ਬਦਤਮੀਜ਼ੀ ਕੀਤੀ, ਕੱਪੜੇ ਪਾੜੇ, ਅਤੇ ਅਸੀਂ ਉਹਨਾਂ ਨੇ ਕਹਿਣ 'ਤੇ ਉਹਨਾਂ ਨੇ ਘਰ ਗਏ ਅਤੇ ਉੱਥੇ ਅਸੀਂ ਹਲੇ ਗੱਲ ਦੀ ਜਿਹੜੀ ਹੈਗੀ ਆ ਖਾਣ ਪੀਣ ਕਰ ਹੀ ਗਏ ਸੀਗੇ, ਅਤੇ ਚਾਹ ਵਗੈਰਾ ਪੀ ਕੇ ਜਿੱਦਾਂ ਅਸੀਂ ਬਾਹਰ ਨਿਕਲੇ, ਮੈਂ ਉੱਥੇ ਕਿਹਾ, ਮੈਂ ਕਿਹਾ ਚਲੋ ਤੁਹਾਡਾ ਲੋਕਲ ਜਿਹੜਾ ਹੈਗਾ ਮਸਲਾ ਤੁਹਾਡਾ ਪਰਿਵਾਰਕ ਜਾਂ ਜਿਹੜਾ ਹੈਗਾ ਪਰਿਵਾਰ 'ਚ ਬੈਠ ਕੇ ਨਿਬੜ ਜਾਣਾ, ਅਤੇ ਤੁਸੀਂ ਇਸ ਗੱਲ ਨੂੰ ਨਾ ਅੱਗੇ ਬਤਾਓ। ਅਤੇ ਉੱਥੇ ਜਿਵੇਂ ਅਸੀਂ ਬਾਹਰ ਨਿਕਲੇ ਹਾਂ, ਇਹ ਬੰਦੇ ਉੱਥੇ ਖੜ੍ਹੇ ਸੀਗੇ, ਬਲਦੇਵ ਸਿੰਘ ਅਤੇ ਬਲਜੀਤ ਸਿੰਘ ਅਤੇ ਬਾਲੀ ਅਤੇ ਸਤਨਾਮ ਸਿੰਘ, ਇਹਨਾਂ ਨੇ ਸਾਡੇ 'ਤੇ ਹਮਲਾ ਕਰਤਾ ਭਾਅ ਜੀ ਸਾਨੂੰ ਪੁੱਛਣ ਤੋਂ ਬਿਨਾਂ, ਅਤੇ ਅਸੀਂ ਮੈਨੂੰ ਜਿਹੜੇ ਕੁੱਟਣ ਲੱਗ ਪਏ, ਮੈਂ ਉੱਥੋਂ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਨਿਕਲਿਆ ਗੱਡੀ ਛੱਡ ਕੇ, ਅਤੇ ਨਿਕਲਿਆਂ ਦੇ ਅੱਗੇ ਮੈਂ ਖੇਤਾਂ ਵਿੱਚ ਜਾ ਰਿਹਾ ਸੀ, ਮੈਨੂੰ ਮੋਟਰਸਾਈਕਲ 'ਤੇ ਦੋਵਾਂ ਜਣਿਆਂ ਨੇ ਮੈਨੂੰ ਫਿਰ ਕੱਟ ਕੇ ਅੱਗੇ ਬਿਠਾ ਲਿਆ ਕੁੱਟ ਦੇ ਮਾਰਦੇ, ਜਦੋਂ ਬਿਠਾਇਆ ਅਤੇ ਮੈਨੂੰ ਉਹਨਾਂ ਨੇ ਕਿਡਨੈਪ ਕਰਕੇ ਤੇ ਲਿਜਾਣ ਦੀ ਕੋਸ਼ਿਸ਼ ਕੀਤੀ। ਬੰਦੇ ਕਿੰਨੇ ਕੁ ਸੀਗੇ? ਇਹਨਾਂ ਨੇ ਭਾਅ ਜੀ ਉੱਥੇ ਫੋਨ ਕਰਕੇ ਬੰਦੇ ਰਸਤੇ 'ਚ ਹੋਰ ਮੰਗਾ ਲਏ ਸੀਗੇ। ਮੈਂ ਫਿਰ ਜਿੱਦਾਂ ਹੀ ਚੌਂਕ 'ਚ ਆਇਆ ਅਤੇ ਕਿਸ ਤਰ੍ਹਾਂ ਇਹਨਾਂ ਨੇ ਮੋਟਰਸਾਈਕਲ ਥੋੜ੍ਹਾ ਹੌਲੀ ਕੀਤਾ ਅਤੇ ਮੈਂ ਇਹਨਾਂ ਨੂੰ ਧੱਕਾ ਮਾਰ ਕੇ ਕਿਸ ਤਰ੍ਹਾਂ ਉੱਥੇ ਨਿਕਲਿਆ। ਅੱਗੇ ਲੋਕ ਖੜ੍ਹੇ ਸੀ, ਉਹਨਾਂ ਨੇ ਮੈਨੂੰ ਜਿਹੜਾ ਹੈਗਾ ਬਚਾਇਆ ਛੁਡਾਇਆ, ਉਹ ਲੋਕ ਜਦੋਂ ਤੱਕ ਇਹ ਲੋਕਾਂ ਦੇ ਵਾਲੇ ਨਾਲ ਧਿਆਨ ਚਲ ਗਿਆ ਅਤੇ ਮੈਂ ਉੱਥੋਂ ਡਿੱਗਦਾ ਢਿੰਦਾ ਕਿਸੇ ਦੇ ਕੋਈ ਗੇਟ ਖੁੱਲ੍ਹਾ ਸੀ, ਉਹਨਾਂ ਨੇ ਘਰ ਵੜਿਆ ਅਤੇ ਉਹਨਾਂ ਨੇ ਮੈਨੂੰ ਪਾਣੀ ਪੂਣੀ ਪਿਲਾਇਆ, ਅਤੇ ਉਸ ਤੋਂ ਬਾਅਦ ਫਿਰ ਮੈਂ SHO ਸਾਹਿਬ ਨੂੰ ਫੋਨ ਕੀਤਾ, ਅਤੇ ਬਾਅਦ 'ਚੋਂ ਫਿਰ ਮੈਂ 2 ਘੰਟੇ ਬਾਅਦ ਕੀਤਾ, ਮੈਂ ਆਪਣੇ ਜਿਹੜੇ ਹੈਗੇ ਔਫਿਸ ਤੋਂ ਉਹਨਾਂ ਨੂੰ ਫੋਨ ਕੀਤਾ ਅਤੇ ਉਹਨਾਂ ਨੇ ਵੀ ਮੈਨੂੰ ਉੱਥੋਂ ਲੈ ਕੇ ਆਏ ਹੁਣ ਜਦੋਂ ਜਾ ਕੇ। ਹੁਣ ਇੱਥੇ ਤੁਸੀਂ ਹੋਸਪਿਟਲ ਆਏ ਹੋ, ਡਾਕਟਰ ਸਾਹਿਬ ਨੇ ਦਵਾਈ ਦਿੱਤੀ ਹੈ, ਹੁਣ ਕਿੰਨਾ ਕੁਛ ਫਰਕ ਹੈ? ਹਾਲੇ ਭਾਅ ਜੀ ਪੇਨ ਬਹੁਤ ਜ਼ਿਆਦਾ ਹੋ ਰਹੀ ਮੇਰੇ ਕੰਨ 'ਚੋਂ ਨਾ, ਇੱਧਰ ਜਿੱਦਾਂ ਜਿੱਧਰ ਜ਼ਿਆਦਾ ਇਹਨਾਂ ਨੇ ਮਾਰਿਆ, ਮੈਨੂੰ ਸੁਣਾਈ ਨਹੀਂ ਕੁਛ ਦੇ ਰਿਹਾ, ਪੇਨ ਜ਼ਿਆਦਾ ਹੋ ਰਹੀ, ਮੇਰੀ ਬਾਂਹ ਵੀ ਜਿੱਦਾਂ ਬਹੁਤ ਜ਼ਿਆਦਾ ਦੁੱਖ ਰਹੀ ਆ, ਔਰ ਮੇਰੇ ਪੂਰੀ ਬੋਡੀ 'ਚ ਇਹਨਾਂ ਨੇ ਬਹੁਤ ਜ਼ਿਆਦਾ ਜਿੱਦਾਂ ਕੁੱਟਿਆ ਮਾਰਿਆ ਨਾ, ਮੇਰੀ ਪੂਰੀ ਬੋਡੀ 'ਚ ਪੇਨ ਹੋ ਰਹੀ ਆ। ਕੀ ਗਲਾ ਵਾਲਾ ਕੱਢੀਆਂ ਤੁਹਾਨੂੰ ਕੀ ਕਹਿੰਦੇ? ਹਾਂਜੀ, ਮੈਨੂੰ ਕਹਿੰਦੇ ਕਿ ਇਹ ਬੰਦਾ ਨੇ ਜਿਹੜਾ ਹੈਗਾ ਸਾਨੂੰ ਜੀਣਾ ਭਾਰੀ ਕੀਤਾ, ਆਪਣੀ ਪੱਤਰਕਾਰੀ ਜ਼ਿਆਦਾ ਝੜਦਾ, ਵੀ ਅਸੀਂ ਇਹਨੂੰ ਜਿੱਦਾਂ ਇੱਥੇ ਏਰੀਏ 'ਚ ਰਹਿ ਨਹੀਂ ਦੇਣਾ, ਅਤੇ ਅਸੀਂ ਇਹਨੂੰ ਮਰ ਉਹ ਬੰਦਾ ਉਹ ਕਹਿੰਦੇ ਸੀ ਇਹਨੂੰ ਹੁਣੇ ਮਾਰ ਦਿਓ ਇੱਥੇ, ਵੀ ਇੱਥੇ ਮਾਰ ਚ ਖਿਸੜ ਦਿਓ, ਅਤੇ 1-2 ਮਿੰਟ ਮੇਰੀ ਬਾਹਾਂ ਵੀ ਫੜੀਆਂ, ਮੈਨੂੰ ਕੁੱਟਦੇ ਮਾਰਦੇ, ਅਤੇ ਮੈਂ ਫਿਰ ਉੱਥੋਂ ਕਿਸ ਤਰ੍ਹਾਂ ਨਿਕਲਿਆ ਜਿੱਦਾਂ ਮੋਟਰਸਾਈਕਲ ਤੋਂ, ਅਤੇ ਉਹ ਅੱਗੇ ਵੀ ਕਹਿੰਦੇ ਕਹਿੰਦੇ ਅਤੇ ਪਰਿਵਾਰ ਨੂੰ ਵੀ ਚੱਕਣਾ ਵਾ, ਤਾਂ ਇਹਨੂੰ ਵੀ ਜਿੱਦਾਂ ਏਰੀਏ 'ਚ ਰਹਿਣ ਦੇਣਾ, ਕਿਸੇ ਨਾ ਕਿਸੇ ਨੂੰ ਜਿੱਦਾਂ ਹੈਗਾ ਮਰਵਾ ਦੇਣਾ, ਮੈਨੂੰ ਖਤਰਾ, ਮੇਰੇ ਪਰਿਵਾਰ ਨੂੰ ਵੀ ਖਤਰਾ ਹੈ। ਮੈਂ ਚਾਹੁੰਦਾ ਕਿ ਜਿਹੜੀ ਕਾਨੂੰਨ ਜਿਹੜੀ ਹੈਗੀ ਆ ਇਹਨਾਂ ਨੂੰ ਜਿਹੜੀ ਹੈਗੀ ਪੈਰਵਾਈ ਕਰਕੇ ਇਹਨਾਂ ਨੂੰ ਜਿਹੜਾ ਦੋਸ਼ੀ ਜਿਹੜੇ ਹੈਗੇ ਇਹਨਾਂ ਨੂੰ ਅਰੈਸਟ ਕਰਨ। ਹਾਂਜੀ ਡਾਕਟਰ ਸਾਹਿਬ, ਜਿਹੜਾ ਤੁਹਾਡੇ ਕੋਲ ਪੇਸ਼ੈਂਟ ਆਇਆ ਹੁਣ ਹੁਸਨ ਲਾਲ ਨਾਮ ਦਾ, ਕੀ ਹੈ ਇਹਦੇ ਜਿਹੜੇ ਹੈਲਥ ਇਸ਼ੂਜ਼? ਕੀ ਇਹਨਾਂ ਦੇ 4 ਸੱਟ ਲੱਗੀ ਹੈਗੀਆਂ, ਬੈਕ 'ਚ 2 ਸੱਟਾਂ ਹੈ, 1 ਥਾਈ 'ਤੇ ਹੈ, 1 ਜਿਹੜੀ ਹੈਗੀ ਕੰਨ ਦੇ ਵਿੱਚ ਕੰਪਲੇਂਟਸ ਆਫ ਪੇਨ, ਠੀਕ ਨਾ। 3 ਸੱਟਾਂ ਲਈ ਅਸੀਂ ਇਹਨੂੰ ਐਕਸਰੇ ਐਡਵਾਈਜ਼ ਕੀਤੇ ਹੈਗੇ ਆ, ਅਤੇ 1 ਸੱਟ ਵਾਸਤੇ ENT ਸਰਜਨ ਸੀਨੀਅਰ ਰਹੀ ਸਿਵਲ ਹਸਪਤਾਲ ਜਲੰਧਰ ਵਾਸਤੇ ਭੇਜਣਾ ਹੈਗਾ। ਹਾਂ, ਅਦਰਵਾਈਜ਼ ਸਟੇਬਲ ਹੈਗੇ ਪੇਸ਼ੈਂਟ, ਉਸ ਤਰ੍ਹਾਂ ਦੀ ਗੱਲ ਹੀ ਕਰ ਲਈ। ਠੀਕ ਹੈ, ਇਹ ਹੁਣ ਮੈਡੀਸਨ ਵਗੈਰਾ ਦਿੱਤੀ ਇਹਨਾਂ ਨੂੰ? ਹਾਂ, ਜੋ ਬੰਦਾ ਸੀਗਾ ਇਹਨਾਂ ਦਾ ਟ੍ਰੀਟਮੈਂਟ ਦੇ ਕਰ ਦਿੱਤਾ ਗਿਆ, ਹਾਂ ਇਹਨੂੰ ਐਡਮਿਟ ਕਰ ਲਿਆ। ਠੀਕ ਹੈ।